ਵਿਆਹ ਕਰਵਾਉਂਦੇ ਫਿਰਦੇ ਟੋਪੀ ਪਾਉਣ ਜਾ ਚ ਨਹੀਂ ਪੋਤਿਆਂ ਲੈ ਲੈ ਪੈਸੇ ਲਾਏ ਚੀਨੀ ਤੇ ਸੂਜੀ ਤੇ ਸੇਵੀਆਂ ਲੈ ਆਈਆਂ ਘਰ ਰੋਟੀ ਕਲਣੀ अम्मी जो आ गया मैंने दिता 1000 रुपया तो किनी किनी लेनी है तड़ी चीनी ते तड़ी सूजी ते छे लफाफे सेवियां ए छे लफाफे कल 1000 रुपए दे ही आने जे नहीं हुन कोल पाली खैर बस ठीक है वाह भाई वाह इथे तो महंगाई बड़ी हो गई कख नहीं जे हुंदा पिया आमी से जेना 125 काट लिया अब्बू जोड़ी भी कुछ फरमाना चाह रहे ने व्हाट डू यू वांट टू ईट यार बरखदारो खाता लियो थो नहीं फिर लबनी केड़ी खाद कणक नु पानी है चालू कार्ड चलो अस्सलाम वालेकुम मैं वाजी हमजा सिद्धू टाइम तकरीबन 11:11 ते 11 सेकंड हो गए ने सुबह सुबह बुझो आया घर दिता है खाद लैन दूसरे पिंड अही आ गया इतों लिया के जानी है खाद क्योंकि जो है ना सब कुछ तुम्हें पता पाकिस्तान जो भी लिहाज ने ब्लैक ब्लूक हो गया तो खाद बड़ी मुश्किल लगी है तो लिया के चलिया हूँ जल्दी जल्दी जी जिदन बदल हो बंदा लाइए मशीन तो चिप्स काट के खाए घर बैठे फिर पैसे कमाएगा ए खुश हो गया जी स्कूल जाना कोई नी इन्हां नूं आ गया पढ़ ला पर मानते कोई नी घर दियां दी भी ते ना साडी ते ना तुहाडी भी नहीं मानदा तुसीं भी कमेंट कर दिओ कि पढ़ लै पर किसे दी नहीं मानदा भाई जी थोड़े खाद मिली गई है खाद का तोड़ा जहां एक मैं चुक लिया तू कि वेला होने तू भी एक चुक लिया नहीं मैं आखा थोड़े लवाई एक एक करके अच्छा एक एक करके दो तोड़े जो है ना खाद ला दे लेने समझ तू फिर मैं छा कि लियाईगा तेरे को खड़े नहीं जाने दो खाद थोड़े लै घर आ गया किसे रखने चुक लो स्टोर ते जेना मैं आ गया इतो हूं जो अम्मी होना समान आख्या ही ना जरा मेहंदी जे खड़ना ही रोटी जी लैके जाने ब्याह लिया घर ओ इतो लैके जाना टाली गया टालदा नहीं मैं एडी जल्दी चीनी भी हो गई है ते सूजी भी हो गई है हूँ जाना फिर बिल बना लगे ने सूजी अम्मी जो दिता 1000 रुपया 1450 रुपया बने 500 रुपया मतलब वध बन गया चलो कोई नहीं मैं पता ही वध ही बनने ला के चलिए फिर चुकीये समान अपना इन्हां नूं जैन लटकाईए इत्थे ऐसा फायदा हो गया ना 125 की जाली का इतों रखिए खाद का धोरा तो चलिए घर न घर आ के जो है ना सूजी लाई हुई है अगर लीक हो गया छापड़ डबल छापड़ ही फिर भी जो है ना हो गया लीक तो दे के आई है ब्याह लिया घर बारा कोई नहीं भैन ਬਕਾਇਆ हेलो अम्मी जी बकाया इन्ने बड़े बकाया आया हाँ इन्नी की सस्ताई हुई है अच्छा 1000 चो इन्ने का आए ने 1000 चो इन्ने नहीं आए
500 ਰੁਪਈਆ ਸਾਨੂੰ ਮੇਰਾ ਵੱਧ ਲੱਗਾ। ਅੱਛਾ ਹਾਂਜੀ ਤੇ ਫਿਰ ਕਾਲੀ ਦੇ ਆ ਤੁਹਾਨੂੰ ਦਿੱਤੇ ਨੇ ਕਿ 500 ਰੁਪਈਆ ਲਿਆਉਂ ਨਾ ਬੱਜਾ ਤੇ ਆ ਹੀ ਲੀਲਾ ਆ ਲੀਲਾ ਟੁੱਟੇ ਆਹੀ ਰਾਤ ਬਕਾਇਆ ਲੈਂਦੇ ਨੇ ਭਈਏ ਹੋੜ ਚਾਚੂ ਜੀ ਵਿਆਹ ਤੇ ਫਿਰ ਆ ਗਿਆ ਤੇ ਕਪੜੇ ਛਪੜੇ ਆ ਜਾ ਕੇ ਨਹੀਂ ਕੱਪੜੇ ਲਿਆਂਦੇ ਆ ਜੀ ਲਿਆ ਲਗੇ ਲੱਗਦਾ ਵਹਾ ਲਗੇ ਨੇ ਕਪੜੇ ਲਿਆ ਕੇ ਚਾਚੂ ਜੀ ਹੋਈ ਤੇ ਆਪਣੇ ਵਿਆਹ ਦੀ ਤਿਆਰੀ ਜਿਹੜਾ ਫੁੱਲ ਫਾਂਡਾ ਟਾਈਮ ਕਰਨ ਦੇ ਨੇ ਕੀ ਲੈ ਕੇ ਆ ਗਏਗਾ ਇਹ ਲੈ ਕੇ ਆਇਆ ਇਹ ਪਾਣੇ ਜੇ ਕੱਪੜੇ ਕੱਪੜੇ ਨਵੇਂ ਨੇ ਕਿ ਪੁਰਾਣੇ ਨੇ ਨਵੇਂ ਨੇ ਅੱਛਾ ਫੇਰ ਠੀਕ ਤੇ ਇਹਨਾਂ ਦੀ ਕੀ ਹਾਲਤ ਬਣਾਈ ਇਸਤਰੀ ਕਰਾ ਲਿਓ ਕਿੱਧਰ ਤਿਆਰੀ ਲੈ ਅੱਬੂ ਜੀ ਹੋਰੀ ਵਿਆਹ ਚੱਲ ਦਿਆ ਹੋ ਇੱਥੇ ਲਾਓ ਅੱਬੂ ਜੀ ਹੋਰੀ ਕੀ ਕਹਿਣ ਦੇ ਨੇ ਕਿੱਧਰ ਕੋਟ ਕੱਢੇ ਇਸ ਤਰ੍ਹਾਂ ਚਾਰ ਸਾਰੇ ਇਕੱਠੇ ਹੀ ਪਾਣੇ ਨੇ ਨਹੀਂ ਸ਼ਾਦੀ ਤੇ ਜਾਣਾ ਵੇ ਮਾਰਕੋ ਸ਼ਾਦੀ ਤੇ ਜਾਣਾ ਵੇ ਤੇ ਇੱਕ ਗੱਲ ਜਿਹਨੇ ਕਲੀਅਰ ਕਰ ਲਈ ਤੁਹਾਡੇ ਵੀ ਕਮੈਂਟ ਹੋਣੇ ਨੇ ਮੇਰਾ ਫੁੱਲ ਬਣਿਆ ਤੂੰ ਵੱਖਰਾ ਹੀ ਵਿੱਚ ਲੁੱਚ ਪਾ ਮਾਰ ਤੇ ਘਰ ਵੀ ਲੜਾਈ ਲਾ ਪੈਣੀ ਹੈ ਕਿ ਵਿਆਹ ਜਿਹਨੇ ਕਿਨੇ ਜਾਣਾ ਵੇ ਤੇ ਜਿਹਨੇ ਜਾਣਾ ਬੰਦ ਗੱਲ ਪਹਿਲਾਂ ਹੀ ਕਲੀਅਰ ਕਰ ਲਈਏ ਜਿਹਨੇ ਜਾਣਾ ਹੈ ਅਸਲਾ ਤੇ ਕਰ ਲੈਂਦੇ ਸਾਨੂੰ ਕਿਨੇ ਜਾਣਾ ਕਿਉਂ ਜਾਣਾ ਵੇ ਤੇ ਅੱਬੂ ਜੀ ਦੱਸੋ ਜੀ ਬਈ ਕਿਨੇ ਜਾਣਾ ਯਾਰ ਮੈਂ ਬਰਖਦਾਰ ਜਾਣਾ ਮੈਨੂੰ ਆਖਿਆ ਮੇਰਾ ਯਾਰ ਹੈ ਉਹ ਹਾਂਜੀ ਅੱਬੂ ਆਂਦਾ ਸੀ ਯਾਰ ਹੈ ਅੱਬੂ ਜਾਣਾ ਹੈ ਅੱਬੂ ਜਾਣਾ ਯਾਰ ਦੇ ਮੁੰਡੇ ਦੀ ਸ਼ਾਦੀ ਹੈ ਤੇ ਚਾਚੂ ਪਿੰਡੋ ਜੀ ਤੂੰ ਆ ਕਿਉਂ ਜਾਣਾ ਸੀ ਸਾਡਾ ਨਹੀਂ ਯਾਰ ਤੁਹਾਡਾ ਵੀ ਯਾਰ ਹੀ ਹੈ ਤੇ ਇੱਥੇ ਲੱਗ ਪਈ ਲੜਾਈ ਉਹ ਕਾਹਦੀ ਲੜਾਈ ਉਹ ਮੈਨੂੰ ਨਾ ਸਦਿਆ ਮੈਂ ਤੇ ਵੀਡੀਓ ਬਣਾਉਣੀ ਹੈ ਤੇ ਲੱਗ ਪਈ ਲੜਾਈ ਹੁਣੇ ਅੱਛਾ ਜੀ ਅੱਬੂ ਜੀ ਨਾਲ ਤੁਹਾਡਾ ਫੜਿਆ ਮੈਂ ਜਾਵਾਂਗਾ ਉਹ ਮੈਂ ਜਾਵਾਂਗਾ ਨਹੀਂ 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 ਆ ਮਾਰਨ ਲੜਾਈ ਫਿਰ ਉਹਨਾਂ ਕਮੈਂਟ ਕਰਨੇ ਲੜਾਈ ਲੜਦੇ ਹੋ ਤੁਸੀਂ ਚੰਗੇ ਚਾਚਾ ਪਿੰਡੂ ਦੇਸੀ ਜਾ ਕੇ ਜੋ ਮਰਜ਼ੀ ਕਰੋ ਮੈਂ ਜਾਣਾ ਜੇ ਵਿਆਹ ਜੋ ਹੁੰਦਾ ਤੇ ਕਰ ਲਓ ਤੂੰ ਜਾ ਕੇ ਭਾਈ ਮੈਂ ਜਾਵਾਂਗਾ ਜੋ ਮਰਜ਼ੀ ਕਰ ਲਓ ਤੂੰ ਜਾ ਕੇ ਭਾਈ ਮੈਂ ਜਾਵਾਂਗਾ ਮੈਂ ਜਾਵਾਂਗਾ ਮੈਂ ਆਪਣੀ ਤਿਆਰੀ ਕਰਨ ਲੱਗਾ ਤੁਸੀਂ ਜਾਓ ਨਰਦੇ ਕਰ ਲਈਓ ਫਿਰ ਵਿਆਹ ਤੇ ਮੈਂ ਜਾਣਾ ਹੈਲੋ ਫੜੋ ਇਹਨੂੰ ਵੀ ਫੜੋ ਆਇਆ ਜੇ ਕੋੜ ਬਕਰੀਆਂ ਕੋਠੇ ਤੇ ਚੜ ਕੇ ਜਾਣਾ ਮੈਂ ਲਾਣ ਭਾਈ ਜਿਹਦੀ ਤਿਆਰੀ ਕਰ ਲਈ ਆਪਣੀ ਉਹ ਜਾਏਗਾ ਜਿਹੜਾ ਗੱਡੀ ਨੂੰ ਲੈ ਗਿਆ ਉਹ ਰਹਿ ਗਿਆ ਬਾਅਦ ਚ ਨਾ ਆਖਿਓ ਕੋਈ ਵੀ ਜਾ ਸਕਦਾ ਭਾਈ ਜੀ ਸਾਰੇ ਕੋਈ ਆਂਦਾ ਮੈਂ ਜਾਣਾ ਵਿਆਹ 'ਚ ਮੈਂ ਜਾਣਾ ਵੇਖੋ ਫਿਰ ਕੌਣ ਜਾਏਗਾ ਅਸੀਂ ਵੀ ਤਿਆਰੀ ਕਰੀਏ ਆਪਣੀ ਵੇਅਰ ਇਜ਼ ਮਾਈ ਸੂਟ ਕਿੱਥੇ ਫਸ ਗਿਆ ਇਹ ਕਿਹਦੇ ਕਿਹਦੇ ਨਾਲ ਲੜ ਗਿਆ ਤੁਹਾਨੂੰ ਪਤਾ ਕਿ ਜੱਟ ਕੋਲ ਇੱਕੋ ਹੀ ਕੋਟ ਆ ਪੈਂਟ ਕੋਟ ਆ ਵਿਆਹ ਹੋਏ ਸ਼ਾਦੀ ਹੋਏ ਜੋ ਮਰਜ਼ੀ ਹੋਏ ਇਹੋ ਹੀ ਚੱਲਦਾ ਬਸ ਇਹਦੇ ਵਿੱਚ ਇੱਕ ਸ਼ਰਟ ਹੁਣ ਨਵੀਂ ਚੱਲਣੀ ਹੈ ਉਹ ਲੈਣ ਚੱਲਾ ਵਾਂ ਬਾਕੀ ਪੈਂਟ ਕੋਟ ਤੇ 0 ਮੀਟਰ ਪਿਆ ਮੇਰਾ ਲੈਟਸ ਗੋ ਜਲਦੀ ਜਲਦੀ ਚੁੱਪ ਚਾਪ ਕਰਕੇ ਪਿੱਛੇ ਬਹਿ ਜਾਓ ਓ ਵੇਖ ਆ ਮੁਸ਼ ਕਿੱਡਾ ਸੋਹਣਾ ਡੋਗੀ ਆ ਉੱਤੇ ਵਜਿਆ ਦਾ ਨੰਨਾ ਮੁੰਨਾ ਆਪਣੇ ਪਿੰਡ ਜਿਹਾ ਨਾ ਦੂਸਰੇ ਤੀਸਰੇ ਪਿੰਡ ਆ ਗਏ ਆ ਕਿਉਂਕਿ ਸਾਡੇ ਪਿੰਡ ਦੇ ਨੇੜੇ ਜਿਹਾ ਨਾ 4 ਕਿਲੋਮੀਟਰ ਦੂਰ ਇਹ ਇੱਕ ਬਾਜ਼ਾਰ ਹੈ ਇੱਥੇ ਬਹੁਤੇ ਲੋਕ ਸ਼ਾਪਿੰਗ ਕਰਨ ਆਉਂਦੇ ਆ ਇਹ ਕਿਉਂ ਜਾਣਾ ਫਿਰ ਅਸੀਂ ਵੀ ਸ਼ਾਪਿੰਗ ਕਰਨੇ ਆ ਦੁਕਾਨ ਤੇ ਜਿਹਾ ਨਾ ਆ ਗਏ ਆ ਪਿਛਲੀ ਵਾਰੀ ਚਾਚੂ ਜੀ ਹੋਣਾ ਜਿਹਾ ਨਾ ਉਹ ਟਰੈਕਟਰ ਸੂਟ ਵਗੈਰਾ ਵੀ ਜਿਹਾ ਇੱਥੋਂ ਲੈ ਕੇ ਗਏ ਹਾਂ ਉਹ ਤੂੰ ਯਾਦ ਹੈ ਨਾ ਆਮ ਜਿਹਾ ਹੁੰਦਾ ਵੀ ਖੜਿਆ ਸੀ ਸਾਰਿਆਂ ਦੇ ਲੈ ਗਿਆ ਐਸ ਸਰਦੀਆਂ 'ਚ ਇੱਥੋਂ ਲੈ ਕੇ ਨਹੀਂ ਗਏ ਕੁਛ ਇੱਥੇ ਜਿਹਾ ਨਾ ਪੈਂਟ ਕੋਟ ਵੀ ਨਵੇਂ ਨਵੇਂ ਲੱਗੇ ਜੀ ਓਏ ਉਹ ਲਾਲ ਚੱਕ ਉਹ ਪੈਂਟ ਕੋਟ ਵੀ ਵਿਖਾਇਓ ਯਾਰ ਤੁਸੀਂ ਕੀ ਕਰਨਾ ਤੁਸੀਂ ਉਹ ਸ਼ੇਰਵਾਨੀ ਪਾਓ ਹੈ ਸ਼ੇਰਵਾਨੀ ਪਾ ਕੇ ਮੈਂ ਦੂ ਲਾਵਾਂ ਆਹੋ ਆ ਚਿੱਟੀ ਚੱਲਣੀ ਹੈ ਆ ਫੈਕਟਰੀ ਮੈਨੂੰ ਜਾਣੇ ਕਹਿ ਸਹੀ ਲੱਗੀ ਜਾਂ ਫਿਰ ਇਹ ਜਿਹੜੀ ਹੈ ਨਾ ਹੁਣ ਜਾਣਾ ਅਮਿਸ਼ ਦੇ ਨਾਪ ਦਾ ਜਾਣਾ ਪੈਂਟ ਕੋਟ ਕੋਈ ਵੇਖਣ ਲੱਗੇ ਆ ਅਮਿਸ਼ ਕੋ ਪਸੰਦ ਆ ਗਿਆ ਤੇ ਵੇ ਅਮਿਸ਼ ਮੈਨੂੰ ਪਸੰਦ ਆ ਗਿਆ ਤੇ ਤਾਂ ਲੈਣਾ ਨਹੀਂ ਹੋ ਕਿਹਦੇ ਵਿਆਹ ਤੇ ਪਾਣਾ ਆਪਣੇ ਵਿਆਹ ਤੇ ਪਾ ਲਈ ਆਪਣੇ ਵਿਆਹ ਤੇ ਪਾ ਲੈ ਹਾਂ ਚੱਕ ਕਰ ਉਹ ਦੂਏ ਪਹਿਲਾਂ ਲਿਆ ਸੀ ਵਿਆਹ ਤੇ ਉਹਦੀ ਪੰਨੀ ਗਾ ਹੋ ਗਿਆ ਸੀ ਨਾ ਉਹ ਇੱਥੋਂ ਛੋਟਾ ਸੀ ਇੱਥੋਂ
ਪਾ ਕੇ ਵੇਖ ਹਾਂ ਉੱਤੋਂ ਦੀ ਪਾ ਲਾ ਉੱਤੋਂ ਦੀ ਪਾ ਲਾ ਥੱਲੋਂ ਦੀ ਪਾ ਲਾ ਸੋਹਣਾ ਨਾ ਵਾਹ ਬਈ ਆਉਣ ਵੇਖੀ ਅਮਿਸ਼ ਐਡਾ ਸੋਹਣਾ ਤੂੰ ਹੈ ਨੀ ਜਿੱਡਾ ਸੋਹਣਾ ਕੋਟ ਪਾ ਕੇ ਲੱਗਣ ਡਿਆ ਅਮਿਸ਼ ਖੁਸ਼ ਹੋ ਗਿਆ ਜੀ ਝੂਠੀ ਤਰੀਫ਼ ਸੁਣ ਕੇ ਚੱਲੋ ਲਾ ਲਈਏ ਫਿਰ ਨਹੀਂ ਲੈਣਾ ਬਾਹਾਂ ਛੋਟੀਆਂ ਨੇ ਫਿਰ ਸਾਈਜ਼ ਵੇਖ ਲਿਆ ਤੇ ਫਿਰ ਕਲਰ ਹੋਰ ਵੀ ਵੇਖ ਲੈਂਦੇ ਹਾਂ ਸਹੀ ਨੀ ਸਹੀ ਸਾਈਜ਼ ਆ ਅਮਿਸ਼ ਫਿੱਟ ਪੂਰਾ ਵੇਖ ਲੈ ਕਿੰਨੇ ਕਿੰਨੇ ਦੇ ਕੋਟ ਆ ਘੱਟ ਵੱਧ ਨੀ ਹੋਣਾ ਵੱਧ ਤੁਸੀਂ ਕਹਿਣਾ ਕੋਈ ਨੀ ਘੱਟ ਤੁਸੀਂ ਕਰਨੇ ਕੋਈ ਨੀ ਆਮਿਸ਼ ਦਾ ਜਿਹੜਾ ਨਾ ਪੈਂਟ ਕੋਟ ਤਾਂ ਨਹੀਂ ਲਿਆ ਕਿਉਂਕਿ ਅੰਮੀ ਜੋੜੀ ਆਉਣਗੇ ਅਤੇ ਅੰਮੀ ਜੋੜੀ ਨਾ ਪਸੰਦ ਕਰਕੇ ਖੜਨਗੇ ਐਂ ਜੀ ਮੈਂ ਲੈ ਆ ਗਿਆ ਨਾ ਅਤੇ ਇਹਨੇ ਘਰ ਜਾ ਕੇ ਫਿਰ ਮੈਨੂੰ ਕਹਿ ਜਾਣਾ ਮੇਰੀ ਬਾਹਾਂ ਛੋਟੀਆਂ ਨੇ ਐਂ ਜੀ ਅਤੇ ਆਹ ਅਤੇ ਉਹ ਅਤੇ ਇਸ ਵਾਸਤੇ ਜਿਹੜਾ ਨਾ ਮੈਂ ਨਹੀਂ ਲਿਆ ਮੈਂ ਆਪਣੇ ਵਾਸਤੇ ਸ਼ੇਰਵਾਨੀ ਵੇਖਣ ਲੱਗਾ ਆਪਣੇ ਵਿਆਹ ਦੀ ਸ਼ੇਰਵਾਨੀ ਇੱਥੇ ਚੈੱਕ ਕਰੋ ਚੁੱਪ ਕਰ ਹੱਸਣ ਦਿਆ ਜੀ ਮੇਰਾ ਵਿਆਹ ਨਹੀਂ ਹੋਣਾ ਅਤੇ ਸ਼ੇਰਵਾਨੀ ਵਾਹਵਾ ਲੱਗੀਆਂ ਨੇ ਇੱਥੋਂ ਫਿਰ ਪਾ ਕੇ ਚੈੱਕ ਆਏ ਜਿਹੜੀ ਪਸੰਦ ਆਈ ਉਹ ਆਪਣੇ ਵਿਆਹ 'ਚ ਲੈ ਕੇ ਜਾਵਾਂਗੇ ਫਿਰ ਵਿਆਹ ਤੇ ਹੋਣਾ ਕੋਈ ਨੀ ਐਵੇਂ ਸ਼ੇਰਵਾਨੀਆਂ ਵੇਖ ਵੇਖ ਕੇ ਤੇ ਪਾ ਪੂ ਕੇ ਚਾਹ ਪੂੜੇ ਕੜੀ ਜਾਓ ਆਹੋ ਤੇ ਐਂਜੀ ਪੂੜੇ ਹੋ ਜਾਣੇ ਵੇਖੀਆਂ ਸੋਹਣੀਆਂ ਸ਼ੇਰਵਾਨੀਆਂ ਮੈਂ ਸ਼ੇਰਵਾਨੀ ਪਾ ਕੇ ਜਾਣਾ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਦੂਲਾ ਮਹਿਸੂਸ ਕਰ ਲਵਾਂਗਾ ਆਹੋ ਆਹ ਵੇਖੋ ਐਡੀ ਸੋਹਣੀ ਮਾਸ਼ਾਅੱਲਾ ਸ਼ੇਰਵਾਨੀ ਆਈ ਹੈ ਤੁਹਾਡੇ ਰੇਟ 50,000 ਦੀ ਸ਼ੇਰਵਾਨੀ ਓਏ ਹੋਏ 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 ਐਡੀ ਸਸਤੀ ਰਹਿਣ ਦੇ ਅਸੀਂ ਨਹੀਂ ਵਿਆਹ ਕਰਨਾ ਅਸੀਂ ਨਹੀਂ ਵਿਆਹ ਪਾ ਕੇ ਚੈੱਕ ਕਰੀ ਬਾਈ ਜੋੜੀ ਆਉਂਦੇ ਨੇ 50,000 ਦੀ ਸ਼ੇਰਵਾਨੀ ਹੈ ਤੇ ਅੱਜ ਮੈਂ 50,000 ਦੀ ਸ਼ੇਰਵਾਨੀ ਪਾ ਲਈ ਵੀ ਸਾਡਾ ਡਬਲ ਹੈ ਡਬਲ ਹੈ ਹਾਏ 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 ਠੰਡ ਵੀ ਨਾ ਲੱਗੇਗੀ ਠੰਡ ਵੀ ਨਾ ਲੱਗੇਗੀ ਅਏ ਸ਼ੇਰਵਾਨੀ ਚ ਸ਼ੇਰਵਾਨੀ ਕਿੱਥੇ ਤੇ ਬੰਦਾ ਕਿੱਥੇ ਨਹੀਂ ਸਹੀ ਲੱਗੀ ਸ਼ੇਰਵਾਨੀ ਨਾਲ ਤੇ ਵੱਡਾ ਨਹੀਂ ਸਹੀ ਬਾਈ ਦੱਸੋ ਨਹੀਂ ਸਹੀ ਲੱਗੀ ਆਹੋ ਕਿਹੜੇ ਚਾਚੂ ਜਿਹਾ ਵਾਸ ਲਾਈ ਜਾਂਦੇ ਆ ਆਹੋ ਇਹ ਕੋਟ ਇਹ ਵੇਖਾ ਕੋਟ ਹੈ ਲੱਗਾ ਇੱਕ ਹੈ ਸੈਂਟਰ ਚ ਉਹ ਤੇ ਬਾਹਾਂ ਛੋਟੀਆਂ ਉਹ ਚਾਚੂ ਹਣ ਹੁੰਦੀ ਮੈਂ ਬਾਸ ਗੱਡੀ ਲੈ ਕੇ ਜਾਂਦਾ ਆਹੋ ਸੋਹਣੀ ਜੀ ਲੋ ਜੀ ਇਹ ਨਾ ਕੁੱਲਾ ਲੈ ਕੇ ਆਏ ਨੇ ਹੁਣ ਪਾਉ ਟੋਪੀ ਨਹੀਂ ਭਾਈ ਪਿਆ ਕਰਵਾਉਂਦੇ ਫਿਰ ਤੇ ਟੋਪੀ ਪਾਉਣ ਜਾਂਚ ਨਹੀਂ ਅੱਗੇ ਅੱਗੇ ਕਿਹਾ ਸਾਡਾ ਵਿਆਹ ਹੋਇਆ ਜਾਂ ਸਾਨੂੰ ਪਤਾ ਕਿੰਜ ਪਾਉਣਾ ਹੈ ਹੱਥ ਜਿੱਤੇ ਵਲੇਰ ਲੋ ਹੁਣ ਪੈਸੇ ਪੂੜੇ ਹੋਏ ਨੇ ਦੂਸਰੀ ਮੈਚ ਕਰਨਾ ਥੱਲੇ ਹਨਾ ਇਸ ਟਾਈਮ ਜਿਹੜਾ ਮੈਂ ਮੀਟ ਬੰਦਾ 50,000 ਦੀ ਸ਼ੇਰਵਾਨੀ ਪਾ ਖਲੋਤਾ ਵਾ 50,000 ਦੀ ਸ਼ੇਰਵਾਨੀ ਵਾਲਾ ਦੁੱਲਾ ਕੈਸੀ ਲੱਗੀ ਫਿਰ ਜੇ ਨਾ ਕਮੈਂਟ ਵਿੱਚ ਦੱਸਿਓ ਚੱਲ ਮੈਂ ਫੋਟੋ ਛੋਟ ਵੀ ਖਿੱਚ ਮੇਰੇ ਕੋਲ ਮਾਸ਼ਾਅੱਲਾ ਜੀ ਮਾਸ਼ਾਅੱਲਾ ਐ ਅੰਮੀ ਜੋ ਜਾ ਕੇ ਵੀਡੀਓ ਫਾਣੀ ਵੇਖੋ ਤੁਹਾਡਾ ਮੁੰਡਾ ਦੁੱਲਾ ਬਣਿਆ ਕਿੱਡਾ ਸੋਹਣਾ ਲੱਗੇਗਾ ਤੇ ਫਿਰ ਜੀ ਨਾ ਵਿਆਹ ਦਾ ਜ਼ਰਾ ਚਾਂਸ ਬਣੇਗਾ ਤੇ ਮਾਸ਼ਾਅੱਲਾ 50,000 ਬਾਈ ਇਹ ਕਿਰਾਏ ਤੇ ਰੈਂਟ ਤੇ ਵੀ ਦਿੰਦੇ ਹੋ ਰੈਂਟ ਤੇ ਮਿਲ ਜੇਗੀ ਜੀ ਰੈਂਟ ਤੇ ਵੀ ਜੇ ਨਾ ਇਹ ਦੁਕਾਨੋਂ ਮਿਲਦੀਆਂ ਨੇ ਸ਼ੇਰਵਾਨੀਆਂ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮੈਨੂੰ ਫੀਲਿੰਗ ਆ ਗਈ ਦੁੱਲੇ ਵਾਲੀ ਆਮਿਸ਼ ਨੇ ਜੇ ਨਾ ਕੁੱਲਾ ਪਾ ਲਿਆ ਜੀ ਹਮਜ਼ਾ ਸਿੱਧੂ ਯੂਟਿਊਬ ਤੇ ਫੇਸਬੁੱਕ ਤੇ ਵੀ ਹੈ ਪੇਜ ਯੂਟਿਊਬ ਤੇ ਵੀ ਹੈ ਇੱਥੇ ਲਿਓ ਹਮਜ਼ਾ ਸਿੱਧੂ ਆ ਜਾਏਗਾ ਹਮਜ਼ਾ ਸਿੱਧੂ ਬਲੌਗ ਤੇ ਲਿਖ ਲਓ ਭਾਵੇਂ ਚਾਚੂ ਜੀ ਹੋਣਾਂ ਵਾਸਤੇ ਜਾਣਾ ਫਿਰ ਬਾਸਕਟ ਵੀ ਇੱਕ ਲੈ ਆਉਂਦੇ ਜੀ ਆਮਿਸ਼ ਕੌਰ ਹਾਂ ਪਸੰਦ ਉਹ ਯਾਰ ਸਹੀ ਹੈ ਚਮਕੀਲੀ ਪੈਸੇ ਲੈ ਲਓ ਆਹੋ ਜੇ ਕੋਡ ਵੀ ਹੈ ਨਾ ਹੁਣ ਜਾਣਾ ਬਿੱਲ ਬਣਾ ਲੱਗੇ ਨੇ ਬਾਈ ਜੀ ਹੋੜੀ ਬਾਈ ਜੀ ਹੋਣਾਂ ਜਾਣਾ ਪਹਿਲਾਂ ਬਿੱਲ ਬਣਾਇਆ ਹਜੇ 2,250 ਤੇ ਹੁਣ ਘੱਟ ਕਰਕੇ ਜਿਹੜਾ ਨਾ 1900 ਬਣਾ ਦਿੱਤਾ ਜੀ ਮੇਰੇ ਕੀ ਬੰਦ ਦੀ ਸ਼ੁਕਰੀਆ ਜੀ ਥੈਂਕ ਯੂ ਘੱਟ ਵੱਧ ਹੋ ਸਕਦਾ ਇੱਥੇ ਬਿੱਲ ਹਾਂਜੀ ਇੱਥੇ ਆਓ ਤੇ ਸ਼ਾਪਿੰਗ ਕਰਕੇ ਜਾਓ ਸ਼ਾਪਿੰਗ ਜੀ ਹੋਣਾ ਕਰ ਲਈਏ ਆਪਣੇ ਜੀ ਨਾ ਵਿਆਹ ਦੀ ਯਾਰ ਬਈ 60,000 ਸਬਸਕ੍ਰਾਈਬ ਹੋਣਾ ਹੈ
ਇੱਥੇ ਜੇ ਨਾ ਭਾਈ ਜੋੜੀ ਮਿਲੇ ਨੇ ਫਿਰ ਲੋਕ ਬਣਾ ਆਉਂਦੇ ਉਹਨਾਂ ਪੁੱਛਿਆ ਬਾਈ ਤੁਹਾਡਾ ਚੈਨਲ ਦਾ ਕੀ ਨਾਂ ਹੈ। ਸ਼ਾਪਿੰਗ ਕਰਨ ਤੋਂ ਬਾਅਦ ਜਾਣਾ ਹੁਣ ਅਸੀਂ ਦੁਕਾਨਾਂ ਆ ਕੁਛ ਖਾਣ ਪੀਣ ਮਛਲੀਆਂ ਮੁਛਲੀਆਂ ਆਏ ਹਰ ਟਿੱਕੇ ਬੋਟੀ ਕਬਾਬ ਸ਼ਾਪ ਲੱਗਣ ਡੇ ਨੇ ਭੇਜ ਨੇ ਫਿਰ ਕੀ ਖਾਣਾ ਕੀ ਖਾਣਾ ਹੈ। ਵਟ ਡੂ ਯੂ ਵਾਂਟ ਟੂ ਈਟ ਬਰਗਰ ਸਮੋਸੇ ਨਮਕ ਪਾੜੇ ਟਿੱਕਾ ਬੋਟੀ ਮੱਛੀ ਜੋ ਵਾਲੀ ਉਹ ਖਵਾ ਦਾਂਗਾ ਬਸ ਮੱਛੀ ਨਾ ਕੋਈ ਹੈ ਸਮੋਸੇ ਹੀ ਕਹਿੰਦੇ ਹਨ ਗੁੱਡ। ਦੋ ਪਲੇਟਾਂ ਫਿਰ ਜਾਣਾ ਸਮੋਸਿਆਂ 'ਚ ਲਵਾਈਆਂ ਜੇ ਪਲੇਟਾਂ ਜਾਣਾ ਆ ਗਈਆਂ ਜੇ ਰੈਡੀ ਹੋ ਗਏ ਓਏ ਹੋਏ ਦੰਦ ਚੁਰਬੁਲ ਚੁਰਬੁਲ ਕਰਨ ਲੱਗ ਪਏ ਨੇ ਆ ਮੱਛੀ ਦੇ ਖਾਸ ਹੀ ਆ ਨਵੇਂ ਸਮਾਜ ਹਰ ਗੱਲ ਨੂੰ ਨਹੀਂ ਜਾਣ ਕੇ ਸੀ ਜਾਂਦਾ ਖਾ ਕੇ ਦੱਸਣਾ ਪਹਿਲਾਂ ਤੂੰ ਫਿਰ ਮੈਂ ਬਾਅਦ 'ਚ ਖਾਵਾਂਗਾ ਮਜ਼ੇਦਾਰ ਹੋਏ ਫਿਰ ਇਹਨਾਂ ਦੇ ਤੂੰ ਹੀ ਦੋਵੇਂ ਪਲੇਟਾਂ ਖਾਏਗਾ। ਬਿਸਮਿਲਾ ਕਿੰਨੇ ਪੜ੍ਹਨੀ ਸੀ ਕਿਆ ਦਿਲ 'ਚ ਪੜ੍ਹੀ ਏ ਹੈਂ ਬਿਸਮਿਲਾ ਰਹਿਮਾਨ ਰਹੀਮ ਫਿਰ ਅਸੀਂ ਵੀ ਸ਼ੁਰੂ ਕਰੀਏ ਭੁੱਖ ਜਿਹਾ ਨਾ ਬੜੀ ਲੱਗੀ ਸੀ ਮੈਂ ਕੁਛ ਖਾ ਪੀ ਕੇ ਜਾਂਦੇ ਹਾਂ ਹੋਰ ਕੁਛ ਖਾਣਾ ਜੀ ਹੋਰ ਜੁੱਤੀਆਂ ਪਈਆਂ ਨੀ ਖਾ ਲੈ ਆਰਾਮ ਨਾਲ ਜਾਣ ਦੀ ਸਕੂਲੋਂ ਬੱਚਿਆਂ ਛੁੱਟੀ ਹੋਈ ਹੈ ਥੱਲੇ ਨਾ ਕੋਈ ਦੇ ਦੀ ਘਰ ਜਿਹਾ ਨਾ ਵਾਪਸ ਆ ਗਏ ਹਾਂ। ਅੰਮੀ ਜੀ ਐ ਵੇਖੋ ਭਲਾ ਕੈਸੀ ਸ਼ਾਪਿੰਗ ਕੀਤੀ ਹੈ ਮੈਂ ਵੇਖ ਲੈ ਨੀ ਕਿਹੜੀ ਤੂੰ ਸ਼ਾਪਿੰਗ ਕਰਕੇ ਆਇਆ ਵੇਖਿਆ ਕੀ ਵੇਖਾ ਸ਼ਰਟ ਸੋਹਣੀ ਤੇ ਨਹੀਂ ਕਿਉਂ ਨੀ ਸੋਹਣੀ ਚਿੱਟਮ ਚਿੱਟੀ ਵੇਖਿਆ ਚਿੱਟਮ ਚਿੱਟੀਆਂ ਤੇ ਵਰਦੀ ਹੁੰਦੀ ਹੈ ਵਰਦੀ ਹੈ ਅੰਦਰੋਂ ਪਾ ਲੈ ਕਿਆ ਨੀ ਸੋਹਣੀ ਲੱਗੀ ਨਾ ਇਹ ਕਿਤੇ ਚਾਚੇ ਦਾ ਚਾਚੂ ਜੀ ਨਾਲ ਲੈ ਲਿਆ ਕੇ ਇਹ ਤਾਂ ਸੋਹਣਾ ਤੇ ਉਹਨੂੰ ਤੇ ਤੈਨੂੰ ਫਿਰ ਇਹਨੂੰ ਕੀ ਵਟਾਉਣਾ ਫਿਰ ਵਟਾ ਕੇ ਲਿਆਈ ਸਹੀ ਜਾਂਦੀ ਵੀ ਹੌਲੀ ਹੈ। ਅੰਮੀ ਜੀ ਤਾਂ ਜਿਹੜਾ ਸ਼ਰਟ ਨਹੀਂ ਪਸੰਦ ਆਈ ਚਾਚੂ ਜੀ ਸਾਨੂੰ ਮਾਸਕਿਟ ਵੀ ਚੈੱਕ ਕਰਾ ਲੈਂਦੇ ਹਾਂ ਮੇਰੇ ਚਾਚੂ ਸਾਨੂੰ ਪਸੰਦ ਹੀ ਨਾ ਆਏ ਫਿਰ ਵਟਾਉਣੀ ਪਏ ਪਰ ਸੁਬਾਹ ਵਟਾ ਕੇ ਆਵਾਂਗੇ ਅੰਮੀ ਇੱਕ ਗੂੜੀ ਜਿਹਾ ਕਲਰ ਜਿਹਾ ਜਿਹੜਾ ਤੁਹਾਡਾ ਲੀਰਾ ਅੰਮੀ ਹੁਣ ਵੀਡੀਓ ਆਈ ਅੰਮੀ ਹੁਣੀ ਆਉਂਦੇ ਨੇ ਉਹ ਲਾਈ ਜਿਹੜੀ ਮੈਂ ਦੋ ਪਸੰਦ ਕੀਤੀਆਂ ਹਨ ਇੱਕ ਅੰਗੂਰੀ ਕਲਰ ਦੀ ਸੀ ਇੱਕ ਜਣਾ ਚਿੱਟੀ ਸੀ ਤੇ ਉਹਨਾਂ ਆਖਿਆ ਸੀ ਚਿੱਟੀ ਸਹੀ ਲੱਗੇਗੀ ਪਰ ਅੰਮੀ ਹੁਣੀ ਆਉਂਦੇ ਨੇ ਗੂੜੀ ਲੈ ਕੇ ਫਿਰ ਸੁਬਾਹ ਵਟਾ ਕੇ ਲਿਆਵਾਂਗੇ ਉਹ। ਅੱਜ ਦਾ ਖੂਬਸੂਰਤ ਸਨਸੈਟ ਤੁਹਾਨੂੰ ਵਹਾ ਦਈਏ ਕਿਉਂਕਿ ਇੱਥੋਂ ਥੱਲੇ ਜਾ ਕੇ ਸੂਰਜ ਫਿਰ ਲੱਭਦਾ ਹੀ ਨਹੀਂ ਅੱਗੇ ਧੁੰਦ ਛੁੰਦ ਜੀ ਆਈ ਜਾਂਦੀ ਹੈ ਅਤੇ ਮੈਂ ਤੁਹਾਨੂੰ ਟਾਈਮ ਨਾਲ ਹੀ ਵਹਾ ਦਈਏ ਅੱਜ ਦਾ ਖੂਬਸੂਰਤ ਸਨਸੈਟ ਜੇ ਨਾ ਹੋ ਗਿਆ ਜੀ ਫਿਰ ਥੋੜ੍ਹਾ ਥੋੜ੍ਹਾ ਹੀ ਲੱਭਾ ਲੈਟ ਲੂਟ ਕੋਈ ਨੀ ਤੇ ਫਿਰ ਜਿਹਾ ਨਾ ਖਾਈਏ ਮੇਰਾ ਫੇਵਰੇਟ ਹੀ ਇਸ ਵਾਸਤੇ ਮੈਂ ਖਾਣਾ ਹੀ ਖਾਣੇ ਹੂੰ। ਚਾਚੂ ਜੀ ਹੋਰੀ ਵਿਜੈ ਨਾ ਆ ਗਏ ਨੇ ਤੇ ਕਰੋ ਡਿਨਰ ਸ਼ਿਨਰ ਲੈਟ ਆਣੀ ਨਾ ਤੇ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਆਈ ਉਹ ਤੁਹਾਨੂੰ ਵਹਾ ਦੇਣਾ ਸੀ ਤੁਹਾਨੂੰ ਦਿਨੇ ਵਹਾਵਾਂਗੇ ਮਾਸ਼ਾਅੱਲਾ ਚੰਨ ਚਾਹ ਕਰੋ ਦੂਸਰੇ ਤੀਸਰੇ ਦਿਨ ਦਾ ਤੇ ਤਾਰਾ ਤੇ ਬਾਕੀ ਲੈਟ ਵੀ ਚਾਹ ਕਰੋ ਪੂਰੇ ਪਿੰਡ ਦੀ ਲੈਟ ਜਾਂ ਨੀਜੇ ਚੈੱਕ ਕਰੋ ਅੱਜ ਬਲਬ ਬੁਲਬ ਬਣਦੇ ਨਾ ਕਈਆਂ ਸੋਲਰ ਸਿਸਟਮ ਲਵਾਇਆ ਜਾਂ UPS ਲਵਾਇਆ ਉਹ ਮਸਜਿਦ 'ਚ ਜਨਰੇਟਰ ਚੱਲੇ ਆ ਬਾਕੀ ਲਾਈਟਾਂ ਬੈਲਾਂ ਦੀਆਂ ਬਲੀਆਂ ਉਹਨਾਂ ਵੀ UPS ਲਵਾਇਆ ਉਹ ਪਹਿਲਾਂ ਉਹਨਾਂ ਸੋਲਰ ਲਵਾਇਆ ਅਤੇ ਬਾਕੀ ਲਾਈਟਾਂ ਹੈ ਹੀ ਨਹੀਂ ਕਿਤੇ ਵੀ ਨਹੀਂ ਹੈ ਬਾਕੀ ਜੇ ਨਾ ਮੋਬਾਈਲਾਂ ਦੀਆਂ ਬੈਟਰੀਆਂ ਮੁੱਕ ਗਈਆਂ ਮੋਬਾਇਲ ਸਾਰਿਆਂ ਦੇ ਬੰਦ ਹੋ ਗਏ ਨੇ ਅਤੇ ਅਸੀਂ ਵੀ ਲੋਕ ਇੱਥੇ ਬੰਦ ਕਰੀਏ ਕਿਤੇ ਸਾਡਾ ਮੋਬਾਇਲ ਜਿੰਨਾ ਬੰਦ ਹੋ ਜਾਏ ਤਾਂ ਮਿਲਾਂਗੇ ਸੁਬਹ ਇੰਸ਼ਾਅੱਲਾ ਨਾ ਇਸ ਲੋਕ ਜੀ ਅੱਜ ਦਾ ਲੋਕ ਕਹਿੰਦਾ ਲੱਗਾ ਸੁਬਹਾ ਲੈਟ ਆਈ ਮੋਬਾਇਲ ਚਾਰਜ ਹੋਇਆ ਫਿਰ ਬਣੇਗਾ ਲੋਕ ਕਹਿੰਦਾ ਲੱਗਾ ਪਸੰਦ ਆਇਆ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਨਹੀਂ ਤੋ ਇਜਾਜ਼ਤ ਫਕੀਰਾਨਾ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਅੱਲਾ ਹਾਫਿਜ਼ ਬਾਏ ਬਾਏ ਟਾਟਾ।